ਉਹ ਸਤਨਾਮ ਸ੍ਰੀ ਵਾਹਿਗੁਰੂ। ਅੰਦਾਜ਼ਾ ਕਦੀ ਲਾ ਕੇ ਦੇਖੋ ਤੇ ਕਹਿੰਦੇ ਨੇ ਹੁਣ ਤਗੜਾ ਬੰਦਾ ਮਾੜੇ ਨੂੰ ਧਮਕੀ ਦੇ ਹੀ ਦਿੰਦਾ ਨਾ, ਦਿੰਦਾ ਜੀ ਤਗੜਾ ਬੰਦਾ ਮਾੜੇ ਨੂੰ ਕਈ ਵਾਰੀ ਦੇ ਦਿੰਦਾ। ਹਾਂ ਕਹਿ ਦਿੰਦਾ ਹੈ, ਕਹਿੰਦਾ ਤੇਰੇ ਵਰਗੇ 18 ਮੇਖੇ ਹੋਏ ਪੰਗਣਾ ਲਈ ਮੇਰੇ ਨਾਲ ਕਰ ਜਾਂਦਾ ਨਾ ਜੀ, ਦਿਮਾਗ ਨੂੰ ਚੜੀ ਹੁੰਦੀ ਕਈਆਂ ਦੇ। ਇਹ ਵੈਸੇ ਪਾਵਰ ਕਈ ਤਰ੍ਹਾਂ ਦੀ ਹੈ, ਮੈਨ ਪਾਵਰ ਹੈ, ਮਨੀ ਪਾਵਰ ਹੈ, ਪੋਲੀਟੀਕਲ ਪਾਵਰ ਹੈ, ਬੜੀ ਤਰ੍ਹਾਂ ਦੀ ਹੈ। ਸਾਨੂੰ ਵੀ ਕਿ ਧਮਕੀਆਂ ਦੇ ਜਾਂਦੇ ਨੇ, ਚੱਲੀ ਜਾਂਦਾ ਸਮਾਜ ਦੇ ਵਿੱਚ। ਇਹਨਾਂ ਦੀ ਪਰਗਤਾ ਨਹੀਂ ਅੰਦਾਜ਼ਾ, ਹਰ ਚੀਜ਼ ਚਿੱਤ ਕੇ ਅੰਦਰ ਮਾਰਦੇ ਆ, ਸਾਡੀ ਤਾਕਤ ਦਾ ਨਹੀਂ ਅੰਦਾਜ਼ਾ। ਤੇ ਜ਼ਬਾਨ ਕਹਿੰਦੀ ਚੱਲ ਫਿਰ ਅੱਜ ਮੈਂ ਵੀ ਤੁਹਾਨੂੰ ਦੱਸਦੇ ਹਾਂ, ਤਾਕਤ ਮੇਰੀ ਦਾ ਤੁਹਾਨੂੰ ਵੀ ਕੋਈ ਨਹੀਂ ਅੰਦਾਜ਼ਾ। ਦੰਦ ਕਹਿੰਦੇ ਤੇਰੀ ਕਿਹੜੀ ਤਾਕਤ ਹੈ? ਕਹਿੰਦੀ ਹੁਣੇ ਕਿਸੇ ਨੂੰ ਦੋ ਸ਼ਬਦ ਮਾੜੇ ਬੋਲਣ ਨਾ ਤੇ ਮੁੱਕਾ ਮਾਰ ਕੇ ਤੁਹਾਨੂੰ ਬੱਤੀਆਂ ਨੂੰ ਬਾਹਰ ਕੱਢ ਦੇਵੇਗਾ, ਵੇਖੋ ਮੇਰੀ ਤਾਕਤ। ਹੁਣ ਜ਼ੁਬਾਨ ਦੀ ਆਪਣੀ ਤਾਕਤ ਹੈ, ਦੰਦਾਂ ਦੀ ਆਪਣੀ ਤਾਕਤ ਹੈ। ਜੋ ਦੰਦ ਕੰਮ ਕਰਦੇ ਨੇ ਜ਼ੁਬਾਨ ਨਹੀਂ ਕਰਦੀ, ਤੇ ਜਿਹੜਾ ਕੰਮ ਮੈਂ ਵੇਖਦਾ ਵਾਂ ਜ਼ੁਬਾਨ ਕਰ ਜਾਂਦੀ ਹੈ ਨਾ, ਉਹ ਕੰਮ ਦੰਦ ਨਹੀਂ ਕਰਦੇ। ਤੇ ਨੰਬਰ ਦੋ, ਕਦੀ ਵੀ ਤੁਸੀਂ ਦੇਖ ਲਓ ਵਡੇਪੇ ਵਿੱਚ ਦੰਦ ਨਿਕਲ ਜਾਂਦੇ ਨੇ, ਕਦੀ ਕਿਸੇ ਦੀ ਜ਼ੁਬਾਨ ਨਿਕਲਦੀ ਵੇਖੀ ਹੈ? ਨਹੀਂ ਨਿਕਲਦੀ। ਦੇਖੋ ਜਿਹੜੀ ਮਜ਼ਬੂਤ ਚੀਜ਼ ਉਹ ਚਲੀ ਜਾਂਦੀ ਹੈ, ਹੌਲੀ ਹੌਲੀ ਕਰਕੇ ਝੜ ਜਾਂਦੇ ਨੇ, ਖਰਾਬ ਹੋ ਜਾਂਦੇ ਨੇ, ਕਢਾਉਣੇ ਪੈਂਦੇ ਨੇ, ਕੀੜਾ ਲੱਗ ਜਾਂਦਾ ਹੈ। ਤੇ ਜ਼ੁਬਾਨ ਮਰਦੇ ਦਮ ਤੱਕ ਸਾਡੇ ਮੂੰਹ ਦੇ ਵਿੱਚ ਉਵੇਂ ਹੀ ਰਹਿੰਦੀ ਹੈ ਜਿਵੇਂ ਬਚਪਨ ਤੋਂ ਲੈ ਕੇ ਸੀ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਮੁੱਕਦੀ ਗੱਲ ਮੁਕਾਉਣੀ ਚਾਹੁੰਦਾ ਨਾ, ਇਨਸਾਨ ਜੇ ਲੰਮਾ ਸਮਾਂ ਵਿਚਰਨਾ ਚਾਹੁੰਦਾ ਨਾ ਤੇ ਦੰਦਾਂ ਵਾਂਗੂ ਮਜ਼ਬੂਤ ਹੋ ਕੇ ਨਹੀਂ, ਜ਼ੁਬਾਨ ਵਾਂਗੂ ਨਰਮ ਹੋ ਕੇ ਚੱਲਿਆ ਕਰ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਜ਼ਿੰਦਗੀ ਦਾ ਨਿਚੋੜ ਲੈ ਲਿਆ ਜੀ, ਜ਼ਿੰਦਗੀ ਦਾ ਨਿਚੋੜ ਲੈ ਲਿਆ ਜੀ, ਵੀ ਜੇ ਲੰਮਾ ਸਮਾਂ ਦੁਨੀਆਂ ਵਿੱਚ ਵਿਚਰਨਾ ਚਾਹੁੰਦੇ ਹੋ ਤੇ ਦੰਦਾਂ ਦੇ ਵਾਂਗੂ ਮਜ਼ਬੂਤ ਹੋ ਕੇ ਨਹੀਂ, ਜ਼ੁਬਾਨ ਦੇ ਵਾਂਗੂ ਨਰਮ ਹੋ ਕੇ, ਕਿਉਂਕਿ ਦੰਦ ਨਿਕਲ ਜਾਂਦੇ ਨੇ ਤੇ ਮਗਰ ਰਹਿ ਜਾਂਦੀ ਹੈ ਜ਼ੁਬਾਨ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਹਰ ਇੰਦਰੇ ਵੱਲ ਵੇਖੋ ਤੇ ਤੁਹਾਡੀ ਆਤਮਾ ਤੁਹਾਨੂੰ ਕਹੇਗੀ ਕਿ ਹਾਂ ਗੱਲ ਠੀਕ ਹੈ, ਪਰਮਾਤਮਾ ਤੇਰੀ ਬਣਤਰ ਕੈਸੀ ਹੈ? ਤੇਰੀ ਬਣਤਰ ਦਾ ਕੋਈ ਜਵਾਬ ਹੀ ਨਹੀਂ ਹੈ। ਦੇਖੋ ਪਰਮਾਤਮਾ ਨੇ ਸਾਨੂੰ ਦਿੱਤੀਆਂ ਲੱਤਾਂ, ਦਿੱਤੀਆਂ ਕਾਹਦੇ ਲਈ? ਲੱਤਾਂ ਕਾਹਦੇ ਲਈ ਜੀ? ਤੁਰਨ ਦੇ ਲਈ। ਤੁਰਨਾ ਕਿੱਥੇ ਆ? ਚਰਨ ਚਲੋ, ਸਾਰੀ ਸੰਗਤ ਬੋਲ ਦਿਆ ਕਰੋ, ਚਰਨ ਚਲੋ। ਕੰਨ ਕਾਹਦੇ ਲਈ ਦਿੱਤੇ ਨੇ? ਸੁਣਨ ਦੇ ਲਈ। ਤੇ ਕੰਨਾਂ ਦੇ ਨਾਲ ਸੁਣਨਾ ਕੀ ਹੈ? ਕਰਨ ਸੁਣੋ ਹਰ ਨਾਮ, ਪਰਮਾਤਮਾ ਦਾ ਨਾਮ ਸੁਣਨਾ। ਇਹ ਤੋਂ ਥੋੜ੍ਹੀ ਜਿਹੀ ਅੱਗੇ ਚੱਲੀਏ ਆਪਾਂ, ਜ਼ਬਾਨ ਨਾਲ ਕੀ ਕਰਨਾ? ਜਿਹਬਾ ਗੁਣ ਗੋਬਿੰਦ ਭਜਗੋ। ਜ਼ਬਾਨ ਦੇ ਨਾਲ ਕੀ ਕਰਨਾ ਸੀ? ਪਰਮਾਤਮਾ ਦੇ ਗੁਣ ਗਾਉਣੇ ਸਨ। ਹੁਣ ਆਓ ਵਿਚਾਰ ਨੂੰ ਆਪਾਂ ਉੱਥੇ ਵਾਪਸ ਲੈ ਕੇ ਆਈਏ ਜਿੱਥੋਂ ਛੇੜਿਆ ਸੀ। ਅਰਧ ਕੀਤੀ ਸੀ, ਕੋਠੀ ਵੱਲ ਨਾ ਵੇਖੀ, ਕੋਠੀ ਬਣੂਗੀ ਤਾਂ ਸ਼ੁਕਰਾਨਾ ਸਮਾਗਮ ਰੱਖਾਂਗੇ ਨਾ, ਇਹਦਾ ਮਤਲਬ ਕੋਠੀ ਬਣੇ ਨਾ ਮੈਂ ਸ਼ੁਕਰਾਨਾ ਕਰਨਾ ਨਹੀਂ, ਨਹੀਂ ਨਹੀਂ, ਸ਼ੁਕਰਾਨਾ ਮੈਂ ਤੇਰਾ ਕਦਮ ਕਦਮ ਤੇ ਕਰਨਾ, ਪਲ ਪਲ ਤੇ ਕਰਨਾ। ਗੱਡੀ ਮਿਲੇਗੀ ਸ਼ੁਕਰਾਨਾ ਕਰਾਂਗਾ, ਜੇ ਗੱਡੀ ਨਾ ਮਿਲੇਗੀ ਇਹਦਾ ਮਤਲਬ ਮੈਂ ਸ਼ੁਕਰਾਨਾ ਨਹੀਂ ਕਰਨਾ, ਨਹੀਂ ਮੈਂ ਸ਼ੁਕਰਾਨਾ ਕਦਮ ਕਦਮ ਤੇ ਕਰਨਾ। ਇਹਦੋਂ ਅੱਗੇ ਚੱਲੋ, ਇਹ ਕਹੋ ਕਿ ਪਰਮਾਤਮਾ ਹਸਪਤਾਲਾਂ ਵਿੱਚ ਜਾਣਾ ਨਾ, ਲੋਕਾਂ ਨੂੰ ਰੋਗ ਹੀ ਬੜੇ ਨੇ, ਤੇਰਾ ਧੰਨਵਾਦ ਮੈਨੂੰ ਤੰਦਰੁਸਤ ਸਰੀਰ ਤੇ ਬਖਸ਼ਿਆ, ਕੋ ਸਤਨਾਮ ਸ੍ਰੀ ਨਾ, ਕੀ ਸ਼ੁਕਰਾਨਾ ਹੋਰ ਲੈਣਾ। ਸਤਿਗੁਰੂ ਘਰ ਘਰ ਦੇ ਵਿੱਚ ਕਲੇਸ਼ ਵੇਖੇ ਨੇ, ਸ਼ੁਕਰ ਹੈ ਤੇਰਾ ਕਿ ਸਾਡੇ ਪਰਿਵਾਰ ਦੇ ਜਿਹੜੇ ਰਿਲੇਸ਼ਨ ਨੇ ਬੜੇ ਮਜ਼ਬੂਤ ਨੇ, ਸ਼ੁਕਰ ਮਨਾਇਆ ਕਰੋ ਨਾ। ਕਦੀ ਸਾਨੂੰ ਸ਼ੁਕਰ ਨਹੀਂ ਕਰਨਾ ਆਉਂਦਾ, ਅਸੀਂ ਸੋਚਦੇ ਹਾਂ ਦਿਨ ਚੰਗੇ ਆਉਣਗੇ ਅਮੀਰੀ ਤੇ ਤਾਂ ਸ਼ੁਕਰ ਕਰਾਂਗੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਲੱਗਾ ਜੀ ਸੁਣਾਉਣ, ਇੱਕ ਵਾਰੀ ਸੁਣਨਾ। ਗੁਰੂ ਨਾਨਕ ਦਾ ਇੱਕ ਸਿੱਖ ਹੋਇਆ ਭਾਈ ਜੋਤ, ਕੀ ਨਾਮ? ਸਾਰੀ ਸੰਗਤ ਬੋਲੇ ਕੀ ਨਾਮ? ਭਾਈ ਜੋਧ। ਵੈਸੇ ਕਈਆਂ ਨੇ ਜੋਧ ਰਾਏ ਲਿਖੇ ਆ, ਕਈਆਂ ਨੇ ਇਕੱਲਾ ਜੋਧ ਲਿਖਿਆ ਹੈ। 5 ਮਿੰਟ ਦੇ ਵਿੱਚ ਘਟਨਾ ਸੁਣਾ ਕੇ ਸਮਾਪਤੀ ਕਰੂੰਗਾ। ਉਹ ਭਾਈ ਜੋਧ ਨਾ ਆਪਣੀ ਨੇਕ ਕਮਾਈ ਕਰਦਾ ਹੈ, ਤੇ ਨੇਕ ਕਮਾਈ ਕਰਕੇ, ਸਾਊਂਡ ਵਾਲੇ ਵੀਰ ਜੀ ਗੱਲਾਂ ਨਾ ਕਰੋ, ਮੈਂ 4-5 ਵਾਰੀ ਟੋਕਣਾ ਪੈ ਗਿਆ, ਧਿਆਨ ਦਿਆ ਜੇ। ਉਹ ਜੋਧ ਆਪਣੀ ਨੇਕ ਕਮਾਈ ਕਰਦਾ, ਤੇ ਨੇਕ ਕਮਾਈ ਵਿੱਚ ਜੋ ਮਿਲਦਾ ਨਾ ਉਹੀ ਖਾਂਦਾ, ਵਾਧੂ ਨਹੀਂ, ਨਾ 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 ਕਿਸੇ ਦਾ 2 ਨੰਬਰ ਦਾ ਇਹ ਨਹੀਂ, ਹਜ਼ਮ ਹੀ ਨਹੀਂ ਕਹਿੰਦਾ ਹੁੰਦਾ। ਉਹਨਾਂ ਭਾਈ ਲਹਿਣਾ ਜੀ ਕਰਦੇ ਸੀ ਪਹਿਲਾਂ ਦੁਕਾਨ, ਜਿਹਨਾਂ ਨੂੰ ਆਪਾਂ ਦੂਸਰੇ ਪਾਤਸ਼ਾਹ ਕਹਿੰਦੇ ਹਾਂ, ਤੇ ਇਹਨਾਂ ਦੀ ਦੁਕਾਨ ਤੇ ਚਲਾ ਗਿਆ। ਜੋਧ ਗੁਰੂ ਨਾਨਕ ਦਾ ਸਿੱਖ ਹੈ, ਪਰ ਭਾਈ ਲਹਿਣਾ ਜੀ ਅਜੇ ਗੁਰੂ ਨਾਨਕ ਨੂੰ ਨਹੀਂ ਮਿਲੇ, ਤੇ ਭਾਈ ਜੋਧ ਗੁਰੂ ਨਾਨਕ ਦੀ ਹੱਟੀ ਤੇ ਚਲੇ ਗਿਆ, ਦੁਕਾਨ ਤੇ ਚਲਾ ਗਿਆ, ਤੇ ਜਾ ਕੇ ਪੈਸੇ ਰੱਖ ਕੇ ਪਤਾ ਕੀ ਕਹਿੰਦਾ? ਕਹਿੰਦਾ ਭਾਈ ਲਹਿਣਾ ਆਹ ਮੇਰੀ ਅੱਜ ਦੀ ਮਜ਼ਦੂਰੀ ਹੈ, ਤੇ ਆਟਾ ਦਿੱਤੇ, ਭੁੱਖ ਬੜੀ ਲੱਗੀ ਹੈ, ਘਰ ਜਾ ਕੇ ਰੋਟੀ ਖਾਣੀ ਹੈ। ਭਾਈ ਲਹਿਣਾ ਜੀ ਨੇ ਪੈਸੇ ਵੇਖੇ, ਕਹਿੰਦੇ ਵੀ ਮਿੱਤਰਾ ਮੇਰੀ ਸੁਣ ਗੱਲ, ਇਹ ਪਹਿਲਾਂ ਦੱਸ ਵੀ ਤੇਰੇ ਘਰ ਵਿੱਚ ਖਾਣ ਵਾਲੇ ਕਿੰਨੇ ਨੇ? ਉਹ ਕਹਿੰਦੇ ਵੀ ਦੁਕਾਨਦਾਰ ਨੂੰ ਕੀ ਲੱਗੇ ਖਾਣ ਵਾਲੇ, ਭਾਵੇਂ 18 ਹੋਣ ਤੇ ਭਾਵੇਂ 2 ਹੋਣ, ਤੈਨੂੰ ਕੀ ਲੱਗੇ? ਮੇਰੇ ਘਰ ਦੇ ਵਿੱਚ ਜਿੰਨੇ ਮਰਜ਼ੀ ਜੀ ਹੁਣ ਖਾਣ ਵਾਲੇ,
ਜਿੰਨੇ ਮੇਰੇ ਪੈਸੇ ਨੇ ਤੂੰ ਆਟਾ ਦੇ ਦੇ। ਭਾਈ ਲਹਿਣਾ ਜੀ ਕਹਿੰਦੇ ਨੇ ਫਿਰ ਵੀ ਇਨਸਾਨੀਅਤ ਨਾਤੇ ਪੁੱਛਦਾ ਮੈਂ ਵੀ ਤੇਰੇ ਘਰ ਦੇ ਵਿੱਚ ਖਾਣ ਵਾਲੇ ਕਿੰਨੇ ਆ। ਉਹ ਕਹਿੰਦਾ ਮੇਰੇ ਘਰ ਦੇ ਵਿੱਚ ਖਾਣ ਵਾਲੇ ਇੱਕ ਮੈਂ ਆ, ਇੱਕ ਮੇਰੀ ਪਤਨੀ ਹੈ, ਤੇ ਇੱਕ ਰੱਬ ਨੇ ਮੈਨੂੰ ਛੋਟਾ ਜਿਹਾ ਖਿਡੌਣਾ ਬਖਸ਼ਿਆ। ਸਮਝਦੇ ਹੋ ਖਿਡੌਣਾ ਬਿਨਾਂ ਚਾਬੀ ਵਾਲਾ? ਨਹੀਂ ਸਮਝੇ ਨਿਆਣਾ? ਆਪੋ ਸਤਨਾਮ ਸ੍ਰੀ। ਵੈਸੇ ਇੱਕ ਚੀਜ਼ ਨੋਟ ਕਰਿਆ, ਜੇ ਪਰਮਾਤਮਾ ਦੀ ਮੌਜ ਹੈ ਜਿੱਥੇ ਦਾਣੇ ਨੇ ਉੱਥੇ ਰੱਬ ਨੇ ਨਿਆਣੇ ਨਹੀਂ ਦਿੱਤੇ, ਅਤੇ ਜਿੱਥੇ ਨਿਆਣੇ ਨੇ ਉੱਥੇ ਰੱਬ ਨੇ ਦਾਣੇ ਨਹੀਂ ਦਿੱਤੇ। ਪ੍ਰੈਕਟੀਕਲ ਕਰਿਆ ਜੇ ਕਦੀ, ਕਿੰਤੂ ਨਹੀਂ ਮੈਂ ਕਰਦਾ ਉਹਦੇ 'ਤੇ, ਇਹ ਉਹਦੀ ਮੌਜ ਹੈ। ਜਿੱਥੇ ਦਾਣੇ ਦਿੱਤੇ ਨੇ ਉੱਥੇ ਨਿਆਣੇ ਘੱਟ ਹੈ, ਅਤੇ ਜਿੱਥੇ ਨਿਆਣੇ ਬਾਹਲੇ ਨੇ ਉੱਥੇ ਦਾਣੇ ਘੱਟ ਹੈ। ਹੁਣ ਮੌਜ ਹੈ ਨਾ ਉਹਦੀ। ਮੈਂ ਆਖਾਂ ਪਰਮਾਤਮਾ ਤੂੰ ਕਿਉਂ ਕੀਤਾ? ਨਾ ਨਾ ਨਾ, ਮੈਂ ਨਹੀਂ ਕਹਿੰਦਾ ਕਿਉਂ ਕੀਤਾ ਹੈ, ਮੈਂ ਤਾਂ ਕਹਿੰਦਾ ਜੋ ਕਰਦਾ ਤੂੰ ਸਹੀ ਕਰਦਾ। ਮੇਰੀ ਇੰਨੀ ਅਕਲ ਮੱਤ ਨਹੀਂ ਕਿ ਤੇਰੇ ਬਣਾਏ ਸਿਸਟਮ ਦੇ ਵਿੱਚ ਉਂਗਲ ਚੁੱਕ ਸਕਾਂ। ਭਾਈ ਲਹਿਣਾ ਜੀ ਕਹਿੰਦੇ ਨੇ ਕਿ ਤੇਰੇ ਘਰ ਦੇ ਵਿੱਚ ਤਿੰਨ ਖਾਣ ਵਾਲੇ ਹੋ ਗਏ। ਕਹਿੰਦਾ ਨਹੀਂ ਜੀ, ਮੇਰਾ ਨਿਆਣਾ ਨਹੀਂ ਕੁਛ ਖਾਂਦਾ, ਉਹ ਤੇ ਆਪਣੀ ਮਾਂ ਦਾ ਦੁੱਧ ਪੀਂਦਾ। ਕਹਿੰਦੇ ਫਿਰ ਵੀ ਮੰਨ ਕੇ ਚੱਲ ਵੀ ਉਹ ਬੀਬੀ ਚੰਗਾ ਖਾਵੇਗੀ ਤਾਂ ਨਿਆਣੇ ਨੂੰ ਚੰਗਾ ਦੁੱਧ ਪਿਆਵੇਗੀ। ਕਹਿੰਦਾ ਚੱਲ ਮੰਨ ਕੇ ਚੱਲ ਵੀ 2.5 ਜੀ ਨੇ ਖਾਣ ਵਾਲੇ, ਹੁਣ ਦੱਸ ਕੀ ਕਰਨਾ ਹੈ? ਉਹ ਕਹਿੰਦਾ ਮੈਂ ਤਾਂ ਪੁੱਛਿਆ ਵੀ ਜਿੰਨੇ ਕੁ ਤੂੰ ਪੈਸੇ ਲੈ ਕੇ ਆਇਆ ਨਾ, ਇੰਨੇ ਦਾ ਆਟਾ ਨਹੀਂ ਆਉਣਾ, ਤੇ ਮੈਂ ਤੈਨੂੰ ਆਪਣੇ ਕੋਲ ਵੱਧ ਦੇ ਦਿੰਦਾ ਨਾ, ਤੇ ਧਾਰ ਕੱਲ੍ਹ ਜਾਂ ਪਰਸੋਂ ਮੈਨੂੰ ਵਾਪਸ ਕਰ ਦੀ, ਮੈਂ ਤੇਰੇ ਨਾਲ ਧਾਰ ਕਰਨ ਨੂੰ ਤਿਆਰ ਹਾਂ। ਤੇ ਭਾਈ ਜੋਧ ਕਹਿੰਦਾ ਜੀ ਤੇਰੇ ਨਾਲ ਜੋ ਧਾਰ ਕਰਾਂਗਾ ਮੈਂ ਆਪਣੇ ਮਨ ਨਾਲ ਧਾਰ ਕਿਉਂ ਨਹੀਂ ਕਰ ਲੈਂਦਾ? ਵੀ ਮਨ ਅੱਜ ਆਟਾ ਘੱਟ ਹੈ, ਅੱਜ ਇੱਕ ਫੁਲਕਾ ਖਾ ਲਾ, ਕੱਲ੍ਹ ਦੋ ਖਾ ਲਾਂਗੇ। ਅੱਗੋ ਸਤਨਾਮ ਸ੍ਰੀ। ਕਹਿੰਦਾ ਮੈਨੂੰ ਇੱਕ ਗੱਲ ਦੱਸ ਵੀ ਤੂੰ ਮੇਰੇ ਨਾਲ ਉਧਾਰ ਕਰਨ ਨੂੰ ਤਿਆਰ ਹੈ ਤੇ ਮੇਰਾ ਮਨ ਮੇਰੇ ਨਾਲ ਉਧਾਰ ਨਹੀਂ ਕਰੇਗਾ? ਮੇਰਾ ਮਨ ਵੀ ਤਾਂ ਕਰੇਗਾ ਨਾ। ਕੋਈ ਗੱਲ ਨਹੀਂ, ਮੈਂ ਮਨ ਨੂੰ ਕਹੂੰਗਾ ਮਨ ਅੱਜ ਇੱਕ ਹੀ ਖਾ ਲਾ, ਕੱਲ੍ਹ ਦੋ ਖਾ ਲਾਂਗੇ। ਉਹਨੇ ਜੀ ਜਿੰਨਾ ਆਟਾ ਤੁਲਦਾ ਸੀ ਤੋਲ ਕੇ ਦਿੱਤਾ, ਤੇ ਆਟਾ ਲੈ ਕੇ ਭਾਈ ਜੋਧ ਆਪਣੇ ਘਰ ਦੇ ਵਿੱਚ ਅਪੜਿਆ ਤੇ ਲਹਿਣਾ ਜੀ ਨੇ ਦੁਕਾਨ ਬੰਦ ਕਰ ਲਈ। ਕਹਿੰਦਾ ਵੇਖਦਾ ਇਹਦੇ ਘਰ ਦੇ ਵਿੱਚ ਕਲੇਸ਼ ਕਿੰਨਾ ਕੁ ਪੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਘਰ ਦੇ ਵਿੱਚ ਕਲੇਸ਼ ਕਿੰਨਾ ਕੁ ਪੈਂਦਾ। ਬਸ ਦੁਕਾਨ ਕੀਤੀ ਬੰਦ, ਘਰ ਦੇ ਵਿੱਚ ਚਲੇ ਗਏ। ਭਾਈ ਜੋਧ ਰਾਏ ਅੱਗੇ ਨੇ ਤੇ ਭਾਈ ਲੈਣਾ ਜੀ ਛੁਪ ਕੇ ਵੇਖਦੇ ਨੇ, ਤੇ ਭਾਈ ਜੋਧ ਆਪਣੀ ਘਰਵਾਲੀ ਨੂੰ ਕਹਿੰਦਾ ਕਰਮਾਂ ਵਾਲੀਏ ਬੜੀ ਭੁੱਖ ਲੱਗੀ ਹੈ, ਆ ਛੇਤੀ ਪ੍ਰਾਤ ਵਿੱਚ ਆਟਾ ਪਾ ਤੇ ਦੋ ਫੁਲਕੇ ਬਣਾ। ਬੀਬੀ ਨੇ ਆਟਾ ਗੁੱਧਾ, ਆਟਾ ਗੁੰਨਿਆ ਤੇ ਪੇੜੇ ਬਣਾਏ ਤਿੰਨ, ਤੇ ਤਿੰਨਾਂ ਪੇੜਿਆਂ ਦੀਆਂ ਰੋਟੀਆਂ ਕਿੰਨੀਆਂ? ਬੜੀ ਦੇਰ ਲਾਤੀ ਜਵਾਬ ਦਿੰਦੇ ਆ, ਤੁਹਾਨੂੰ ਪਤਾ ਨਹੀਂ ਤਿੰਨਾਂ ਪੇੜਿਆਂ ਦੀਆਂ ਰੋਟੀਆਂ ਕਿੰਨੀਆਂ ਬਣਦੀਆਂ ਨੇ? ਤਿੰਨ ਬਣਦੀਆਂ ਨੇ ਨਾ। ਵੈਸੇ ਮੈਂ ਇੱਕ ਵਹਿਮ ਦੇ ਵਿੱਚ ਹਾਂ, ਮੈਂ ਸੋਚਦਾ ਵੀ ਮੈਂ RCF ਜਾ ਰਿਹਾ ਵਾਂ, ਬੜੇ ਪੜ੍ਹੇ ਲਿਖੇ ਨੇ, ਤੁਸੀਂ ਤਾਂ ਮੇਰਾ ਵਹਿਮ ਹੀ ਕੱਢੀ ਜਾਂਦੇ ਹੋ। ਮੈਂ ਕਹਿਣਾ ਲੈ ਇਹਨਾਂ ਨਿੱਕਾ ਜਿਹਾ ਸਵਾਲ ਗਣਿਤ ਦਾ ਪਾਇਆ ਤੇ ਸੰਗਤਾਂ ਨੇ ਜਵਾਬ ਹੀ ਨਹੀਂ ਦਿੱਤਾ, ਇੰਝ ਨਹੀਂ ਗੱਲ ਬਣਦੀ। ਤਿੰਨ ਪੇੜੇ ਤੇ ਤਿੰਨਾਂ ਪੇੜਿਆਂ ਦੀਆਂ ਰੋਟੀਆਂ ਤਿੰਨ ਹੀ ਬਣੀਆਂ ਨਾ, ਤਿੰਨ ਰੋਟੀਆਂ ਬਣੀਆਂ, ਪਰ ਤਿੰਨ ਰੋਟੀਆਂ ਵਿੱਚ ਬੜੀ ਵੱਡੀ ਗੜਬੜ ਹੈ। ਘਰਵਾਲੀ ਨੇ ਥਾਲੀ ਵਿੱਚ ਪਤੀ ਦੇ ਦੋ ਪਾਤੀਆਂ। ਸ਼ੁਕਰਾਨੇ ਤੋਂ ਵਿਸ਼ਾ ਚੱਲਿਆ, ਸ਼ੁਕਰਾਨੇ ਤੇ ਮੁੱਕੇਗਾ, ਆਪਣੇ ਉਸ ਚੀਜ਼ ਨੂੰ ਪਕੜ ਲਿਆ ਕਰੋ। ਉਦਾਹਰਨ ਨਾਲ ਭਾਵੇਂ ਮੈਂ 18 ਦੇ ਦਿਆਂ, ਉਦਾਹਰਨਾਂ ਜਿੰਨੀਆਂ ਮਰਜ਼ੀ ਚੱਲਣ, ਸਿਧਾਂਤ ਉਹੀ ਚੱਲੇਗਾ ਜਿਹੜਾ ਸ਼ੁਰੂਆਤ ਵਿੱਚੋਂ ਲਿਆ ਸੀ। ਘਰਵਾਲੀ ਨੇ ਨਾ ਦੋ ਪ੍ਰਸ਼ਾਦੇ ਸਰਦਾਰ ਜੀ ਥਾਲੀ 'ਚ ਪਾ ਕੇ, ਇੱਕ ਆਪਣੀ ਥਾਲੀ, ਤੇ ਭਾਈ ਜੋਧ ਕਹਿੰਦਾ ਕਰਮਾਂ ਵਾਲੀਏ ਮੈਨੂੰ ਇੱਕ ਗੱਲ ਦੱਸ, ਆਹ ਦੋ ਪ੍ਰਸ਼ਾਦੇ ਤੂੰ ਮੈਨੂੰ ਕਿਉਂ ਪਾਏ ਨੇ? ਕਹਿੰਦੀ ਸਰਦਾਰ ਜੀ ਮਿਹਨਤ ਕਰੋ ਤੁਸੀਂ, ਹੱਡ ਭੰਨੋ ਤੁਸੀਂ, ਲਹੂ ਪਾਣੀ ਇੱਕ ਕਰੋ ਤੁਸੀਂ, ਖੂਨ ਪਸੀਨਾ ਇੱਕ ਕਰੋ ਤੁਸੀਂ, ਤੇ ਤੁਹਾਡੀ ਥਾਲੀ ਇੱਕ ਰੋਟੀ ਪਾ ਕੇ ਅਸੀਂ ਦੋ ਖਾਂਦੇ ਚੰਗੇ ਲੱਗਦੇ ਹਾਂ? ਕਹਿੰਦਾ ਕਰਮਾਂ ਵਾਲੀਏ ਹੁਣ ਤੂੰ ਤਿੰਨ ਚਾਰ ਚੀਜ਼ਾਂ ਦੱਸਦੀਆਂ, ਹੁਣ ਮੈਂ ਤੈਨੂੰ ਕਹਾਂ ਵੀ ਬੱਚੇ ਨੂੰ ਦੁੱਧ ਪਿਆਵੋ ਤੁਸੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੱਚਾ ਕੁਝ ਖਾ ਨਹੀਂ ਸਕਦਾ, ਚੰਗਾ ਖਾਓਗੇ ਤੇ ਚੰਗਾ ਦੁੱਧ ਪਿਆਓਗੇ, ਤੇ ਤੁਸੀਂ ਖਾਓ ਇੱਕ ਤੇ ਮੈਂ ਖਾਵਾਂ ਦੁੱਧ, ਮੈਨੂੰ ਸ਼ਰਮ ਨਹੀਂ ਆਉਂਦੀ ਦੋ ਫੁਲਕੇ ਖਾਂਦੇ ਆ? ਆਹੀ ਸਵਰਗ ਹੈ। ਆ ਜਿਹੜੀ ਉਦਾਹਰਨ ਮੈਂ ਦਿੱਤੀ ਹੈ ਨਾ ਜੀ, ਨੋਟ ਕਰ ਲਓ, ਆਹੀ ਸਵਰਗ ਹੈ। ਹੋਰ ਸਵਰਗ ਵੇਖਣ ਦੀ ਇੱਛਾ ਨਹੀਂ। ਤੁਹਾਡੇ ਘਰ ਦੇ ਵਿੱਚ ਪਿਆਰ ਹੈ, ਇਤਫਾਕ ਹੈ, ਰੱਬ ਦੀ ਯਾਦ ਹੈ, ਬੱਚੇ ਆਗਿਆਕਾਰ ਨੇ, ਸਵਰਗ ਹੈ ਜੀ ਸਵਰਗ। ਕੁਛ ਨਾ ਮੰਗਿਆ ਜੇ ਸ਼ੁਕਰ ਕਰਨ ਲੱਗ ਪਿਆ, ਜੇ ਮੰਗਿਆ ਜੇ ਹੋਰ ਕੁਛ ਨਾ ਸ਼ੁਕਰ ਸ਼ੁਕਰ ਕਰਿਆ ਜੇ ਮੇਰੇ ਮਾਲਕ ਦੇ ਚਰਨਾਂ ਦੇ ਵਿੱਚ। ਕਰਵਲੀ ਕਹਿੰਦੀ ਨਾ ਸਰਦਾਰ ਜੀ ਨਾ, ਏਡਾ ਵੱਡਾ ਧੋਖਾ, ਸਾਰਾ ਦਿਨ ਘਰ ਦੇ ਵਿੱਚ ਅਸੀਂ ਮਾਂ ਪੁੱਤ ਵਿਹਲੇ, ਤੇ ਅਸੀਂ ਖਾਈਏ ਦੋ ਫੁਲਕੇ ਤੇ ਕਮਾਈ ਕਰਕੇ ਲਿਆਓ ਤੇ ਤੁਹਾਡੀ ਥਾਲੀ ਪਾਈਏ ਇੱਕ ਫੁਲਕਾ, ਮੈਂ ਨਹੀਂ ਇਹ ਕੰਮ ਕਰਦੀ। ਉਹ ਕਹਿੰਦਾ ਬੱਚੇ ਨੂੰ ਦੁੱਧ ਪਿਆਵੇਂ ਤੂੰ ਤੇ ਫੁਲਕੇ ਦੋ ਖਾਵਾਂ ਮੈਂ, ਇੱਕ ਦਿਆਂ ਤੈਨੂੰ, ਮੈਂ ਨਹੀਂ ਇਹ ਕੰਮ ਕਰਦਾ। ਅਜੇ ਆਪਸ ਦੇ ਵਿੱਚ ਕੰਮ ਚੱਲਦਾ ਪਿਆ।
ਇੰਨੀ ਦੇਰ ਨੂੰ ਬਾਹਰ ਇੱਕ ਮੰਗਤਾ ਆ ਗਿਆ, ਕਹਿੰਦਾ ਗੁਰੂ ਨਾਨਕ ਦੇ ਘਰ ਦੇ ਸਿੱਖੋ ਪ੍ਰਸ਼ਾਦਾ ਛਕਾ ਦਿਓ। ਨਾਲ ਦੀ ਨਾਲ ਬੀਬੀ ਪਤਾ ਕੀ ਕਹਿੰਦੀ ਹੈ, ਕਹਿੰਦੀ ਵੇਖਿਆ ਸਾਡਾ ਗੁਰੂ ਨਾਨਕ ਕਿੰਨਾ ਬੇਅੰਤ ਹੈ। ਉਹ ਕਹਿੰਦੇ ਪਤੀ ਪਤਨੀ ਦਾ ਇੰਨਾ ਪ੍ਰੇਮ ਹੈ ਕਿਤੇ ਰੋਟੀ ਪਿੱਛੇ ਨਾ ਲੜ ਪੈਣ। ਦੇਖਿਆ ਬਾਬਾ ਜੀ ਨੇ ਵੰਡ ਕਰਤੀ, ਉਹ ਕਹਿੰਦੇ ਇੱਕ ਪ੍ਰਸ਼ਾਦਾ ਉਹਨੂੰ ਦਿਓ, ਰਲ ਮਿਲ ਕੇ ਇੱਕ ਇੱਕ ਖਾ ਲਓ। ਪ੍ਰਸ਼ਾਦਾ ਦਿੱਤਾ, ਅਜੇ ਦੋਵੇਂ ਜੀ ਅਰਦਾਸ ਹੀ ਕਰਦੇ ਪਏ ਨੇ, ਮੰਗਤਾ ਖਾ ਕੇ ਵੀ ਬਹਿ ਗਿਆ। ਕਹਿੰਦੇ ਘੋਰ ਲਿਆਓ ਅਕੋ ਸਤਨਾਮ ਸ੍ਰੀ, ਇਹ ਅਜੇ ਦੋ ਜੀ ਅਰਦਾਸ ਹੀ ਕਰਦੇ ਫਿਰਦੇ ਨੇ। ਕਹਿੰਦੇ ਇੱਕ ਹੋਰ ਲਿਆਓ। ਹੁਣ ਫਿਰ ਝਗੜਾ ਹੋ ਗਿਆ ਘਰ ਵਾਲੀ, ਕਹਿੰਦੀ ਮੈਂ ਆਪਣਾ ਦੇਣਾ ਪ੍ਰਸ਼ਾਦਾ। ਉਹ ਕਹਿੰਦਾ ਨਾ ਨਾ, ਨਿਆਣੇ ਨੂੰ ਦੁੱਧ ਪਿਉਣਾ ਰੱਖ ਇੱਥੇ, ਮੈਂ ਆਪਣਾ ਪ੍ਰਸ਼ਾਦਾ ਦੇਣਾ ਨਾ। ਕੰਮ ਤੇ ਉਹੀ ਸ਼ੁਰੂ ਹੋ ਗਿਆ। ਫਿਰ ਘਰ ਵਾਲੀ ਕਹਿੰਦੀ ਨਾ 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 ਸਰਦਾਰ ਜੀ, ਇਹ ਕੰਮ ਬਿਲਕੁਲ ਨਹੀਂ ਚੱਲੇਗਾ, ਆਪਣਾ ਪ੍ਰਸ਼ਾਦਾ ਤੁਸੀਂ ਛਕੋ, ਮੈਂ ਆਪਣਾ। ਉਹ ਫਿਰ ਅੱਗੋਂ ਕਹਿੰਦਾ, ਕਹਿੰਦਾ ਬੀਬੀ ਗੱਲ ਸਮਝੀ ਦੀ ਹੁੰਦੀ ਹੈ, ਤੂੰ ਬਹਿ ਮੈਂ ਆਇਆ। ਜਦੋਂ ਬੀਬੀ ਨੂੰ ਟਿਕਾਇਆ ਨਾ ਤੇ ਆਪ ਆਪਣਾ ਪ੍ਰਸ਼ਾਦਾ ਚੁੱਕਿਆ, ਮੰਗਤੇ ਨੂੰ ਦਿੱਤਾ। ਜਦੋਂ ਵਾਪਸ ਆ ਕੇ ਵੇਖਦਾ ਤੇ ਘਰ ਵਾਲੀ ਨੇ ਇੱਕ ਫੁਲਕੇ ਦੇ ਦੋ ਟੁਕੜੇ ਕੀਤੇ ਨੇ, ਅੱਧਾ ਸਰਦਾਰ ਜੀ ਦੀ ਥਾਲੀ ਵਿੱਚ ਤੇ ਅੱਧਾ ਆਪਣੀ ਥਾਲੀ ਵਿੱਚ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਇਹਦਾ ਨਿਚੋੜ ਪਤਾ ਕੀ ਨਿਕਲਦਾ, ਇਹਦਾ ਨਿਚੋੜ ਇਹ ਨਿਕਲਦਾ ਵੀ ਜੇ ਘਰ ਦੇ ਵਿੱਚ ਗਰੀਬੀ ਵੀ ਹੋਵੇ, ਕੋਈ ਵੱਡੀ ਗੱਲ ਨਹੀਂ ਹੈ, ਕਲੇਸ਼ ਨਾ ਹੋਵੇ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਘਰ ਦੇ ਵਿੱਚ ਗਰੀਬੀ ਵੀ ਹੋਵੇ ਨਾ, ਪਰ ਜੀਆਂ ਦਾ ਪਿਆਰ ਹੈ, ਦਿਨ ਤੀਆਂ ਵਾਂਗੂ ਲੰਘਦੇ ਹੈ, ਤੀਆਂ ਵਾਂਗੂ। ਤੇ ਚੇਤਾ ਰੱਖਿਆ ਦੇ ਜੇ ਸਾਡੀਆਂ ਗੱਡੀਆਂ ਮਰਸੜੀ ਨੇ ਤੇ ਪੁੱਟਣਾ ਇੱਕ ਦੂਜੇ ਦਾ ਝਾਟਾ ਤੇ ਕੀ ਕਰ ਖੇਲੀਆਂ ਨੇ ਸਾਡੀਆਂ ਗੱਡੀਆਂ। ਕੋਠੀ ਸਾਡੇ ਕੋਲ ਬਹੁਤ ਵੱਡੀ ਹੈ ਪਰ ਸਾਰਾ ਦਿਨ ਕਲਿਆ ਕਲੇਸ਼ ਕਰਦਿਆਂ ਲੰਘ ਜਾਂਦਾ, ਕੀ ਕਰਨੀਆਂ ਨੇ ਇਹੋ ਜਿਹੀਆਂ ਗੱਡੀਆਂ। ਆਪੋ ਸਤਨਾਮ ਸ੍ਰੀ। ਨਾ 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 ਨਾ, ਸ਼ੁਕਰ ਕਿੱਥੇ ਕਰਨਾ, ਮਾਇਆ ਨਾਲ ਸ਼ੁਕਰ ਨਹੀਂ ਕਰਨਾ। ਲਾਭ ਚੰਗੀ ਹੈ, ਸ਼ੁਕਰ ਹੈ ਪਰਮਾਤਮਾ ਤੇਰਾ, ਸ਼ੁਕਰ ਹੈ ਮੈਂ ਸੰਤੁਸ਼ਟ ਹਾਂ ਪਰਮਾਤਮਾ। ਪਰਿਵਾਰ ਦੇ ਵਿੱਚ ਦੋਹਾਂ ਜੀਆਂ ਦੀ ਬਣਦੀ ਹੈ ਨਾ, ਸ਼ੁਕਰ ਹੈ ਪਰਮਾਤਮਾ ਆਹ ਬਚਨ ਸਾਡਾ ਕਮਾਇਆ ਗਿਆ। ਧੰਨ ਫਿਰ ਇਹ ਨਾ ਆਖੀਏ, ਪੜ੍ਹੋ, ਧੰਨ ਫਿਰ ਇਹ ਨਾ ਆਖੀਏ, ਹੈ ਪਹਿਣ ਇਕੱਠੇ ਹੋਏ। ਨਹੀਂ ਸਮਝ ਲੱਗੀ, ਧੰਨ ਦੇ ਅਰਥ ਨੇ ਪਤੀ ਪਤਨੀ ਤੇ ਪਿਰ ਦੇ ਅਰਥ ਨੇ ਪਤੀ। ਸਤਿਗੁਰ ਕਹਿੰਦੇ ਪਤੀ ਪਤਨੀ ਉਹ ਨਹੀਂ ਹੁੰਦੇ ਜਿਹੜੇ ਇਕੱਠੇ ਹੋ ਹੋ ਕੇ ਬਹਿਣ, ਇਹ ਗੁਰਬਾਣੀ ਵਿੱਚ ਲਿਖਿਆ, ਮੈਂ ਨਹੀਂ ਕਹਿ ਰਿਹਾ। ਸਤਿਗੁਰ ਕਹਿੰਦੇ ਧੰਨ ਪਿਰ ਇਹ ਨਾ ਆਖੀਏ, ਹੈ ਬਹਿਣ ਇਕੱਠੇ ਹੋਏ। ਸਤਿਗੁਰ ਕਹਿੰਦੇ ਜਿਹੜੇ ਇਕੱਠੇ ਹੋ ਹੋ ਕੇ ਬਹਿਣ ਉਹ ਨਹੀਂ ਪਤੀ ਪਤਨੀ ਹੁੰਦੇ। ਤੇ ਪੁੱਛਿਆ ਦਾਦਾ ਜੀ ਫਿਰ ਪਤੀ ਪਤਨੀ ਕਿਹੜੇ ਹੁੰਦੇ ਨੇ? ਸਾਡੇ ਤੇ ਇੰਝ ਹੀ ਚੱਲਦਾ ਹੈ ਜੀ, ਸਾਡੇ ਤੇ ਮੈਰਿਜ ਤੋਂ ਬਾਅਦ ਬੱਚਾ ਬੱਚੀ ਤੁਰੇ ਜਾਂਦੇ ਹੋਣ ਤੇ ਆਪਣੇ ਲੋਕ ਕਹਿ ਦਿੰਦੇ ਨੇ ਕਪਲ, ਜਾਂ ਕਹਿ ਦਿੱਤਾ ਜਾਂਦਾ ਜੋੜੀ ਜਾ ਰਹੀ ਜੋੜੀ। ਸਤਿਗੁਰ ਕਹਿੰਦੇ ਤੁਸੀਂ ਜੋੜੀ ਕਹਿ ਦਿੱਤਾ, ਕੀ ਪਤਾ ਦੋਹਾਂ ਦੇ ਵਿਚਾਰਾਂ ਦਾ ਜੋੜ ਬਣਿਆ ਕਿ ਨਹੀਂ ਬਣਿਆ, ਖਿਆਲਾਂ ਦਾ ਜੋੜ ਬਣਿਆ ਕਿ ਨਹੀਂ ਬਣਿਆ। ਤੁਸੀਂ ਐਵੇਂ ਜੋੜੀ ਸੱਦੀ ਜਾਂਦੇ ਹੋ, ਇਕੱਠੇ ਜਾਣ ਨੂੰ ਤੁਸੀਂ ਕਹਿੰਦੇ ਜੋੜੀ। ਜੋੜੀ ਉਦੋਂ ਨਹੀਂ ਬਣਦੀ ਜਦੋਂ ਵਿਚਾਰਾਂ ਦਾ ਜੋੜ ਬਣ ਜੇ, ਜੋੜੀ ਉਦੋਂ ਬਣਦੀ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਖਿਆਲਾਂ ਦਾ ਜੋੜ ਬਣ ਜੇ, ਜੋੜੀ ਉਦੋਂ ਬਣਦੀ ਹੈ। ਤੇ ਦਾਤਾ ਜੀ ਕਹਿੰਦੇ ਧੰਨ ਫਿਰ ਇਹ ਨਾ ਆਖੀਏ, ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਏ। ਕਦ ਵੱਧ ਕੇ ਬੋਲ ਦਿਓ ਨਾ, ਧੰਨ ਫਿਰ ਕਹੀਏ ਸੋਏ। ਪਤੀ ਪਤਨੀ ਉਹਨੂੰ ਕਹਿੰਦੇ ਨੇ ਜਦੋਂ ਮੂਰਤਾਂ ਦੋ ਹੋਣ, ਖਿਆਲ ਦੋਵਾਂ ਦਾ ਇੱਕੋ ਜੇ, ਮੂਰਤਾਂ ਦੋ ਹੋਣ, ਵਿਚਾਰ ਦੋਵਾਂ ਦਾ ਇੱਕੋ ਜੇ, ਉਹਨੂੰ ਕਹਿੰਦੇ ਨੇ ਪਤੀ ਪਤਨੀ। ਤੇ ਜੇ ਘਰ ਦੇ ਵਿੱਚ ਆਹ ਦਾਤ ਤੁਹਾਡੇ ਆ ਗਈ ਹੈ ਨਾ, ਤੇ ਸ਼ੁਕਰ ਕਰਿਆ ਕਰੋ ਪਰਮਾਤਮਾ, ਲੱਖ ਲੱਖ ਤੇਰਾ ਸ਼ੁਕਰਾਨਾ ਵੀ ਸਾਡੇ ਘਰ ਦੇ ਵਿੱਚੋਂ ਕਲੇਸ਼ ਖਤਮ ਹੋ ਗਿਆ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਵੈਸੇ ਨਾ ਮੁੱਦੇ ਬੜੇ ਨੇ ਲੈਣ ਵਾਲੇ ਸਮਾਜ ਦੇ ਵਿੱਚ, ਪਰ ਜੋ ਮੈਂ ਵੇਖਦਾ ਮਾਨਾ, ਮੈਨੂੰ ਲੱਗਦਾ ਵੀ ਹਰ ਕਥਾ ਵਾਚਕ ਨੂੰ ਰਿਲੇਸ਼ਨ ਦੇ ਮੁੱਦੇ ਦੇ ਉੱਪਰ ਜ਼ਰੂਰ ਬੋਲਣਾ ਚਾਹੀਦਾ। ਬੜੇ ਨੇ ਮੁੱਦੇ ਲੈਣ ਵਾਲੇ, ਕਿੰਨੇ ਮੁੱਦੇ ਸਾਂਝੇ ਕਰ ਲਈਏ, ਬੜਾ ਹੋ ਗਿਆ। ਹਉਮੈ ਤੇ ਬੋਲਦਿਆਂ, ਕਾਮ ਤੇ ਬੋਲਦਿਆਂ, ਕ੍ਰੋਧ ਤੇ ਬੋਲਦਿਆਂ, ਲੋਭ ਤੇ, ਨਿੰਦਿਆ ਤੇ, ਚੁਗਲੀ ਤੇ, ਈਰਖਾ ਦਵੈਸ਼ ਤੇ, ਅੱਜ ਲੋੜ ਹੈ ਰਿਲੇਸ਼ਨ ਵਰਗੇ ਮੁੱਦਿਆਂ ਤੇ ਬੋਲਣ ਦੀ। ਅੱਜ ਲੋੜ ਹੈ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਲੈ ਕੇ ਪਹਿਲਾ ਪਾਣੀ ਜੀਓ ਗਿਆ ਪਾਣੀ ਦੇ ਮੁੱਦੇ ਤੇ ਬੋਲਣ ਦੀ। ਅੱਜ ਲੋੜ ਹੈ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਲੈ ਕੇ ਜਿੱਤ ਹਰਿਆ ਸਭ ਕੋਏ ਇਹਨਾਂ ਰੁੱਖਾਂ ਦੀ ਗੱਲ ਕਰਨ ਦੀ। ਅੱਜ ਲੋੜ ਹੈ ਸਾਨੂੰ, ਜਿਸ ਸਮਾਜ ਨੂੰ ਲੋੜ ਹੈ ਨਾ, ਉਹ ਮੁੱਦੇ ਗੁਰਬਾਣੀ ਦੇ ਵਿੱਚੋਂ ਕਥਾ ਵਧਕ ਲੈਣ। ਰਿਲੇਸ਼ਨ ਦਾ ਮੁੱਦਾ ਮੈਂ ਤਾਂ ਕਹਿੰਦਾ ਵਾਂ ਕਿਉਂਕਿ ਤਲਾਕ ਸ਼ਬਦ ਜਿਹੜਾ ਸਾਡੀ ਡਿਕਸ਼ਨਰੀ ਦਾ ਸ਼ਬਦ ਹੀ ਹੈ। ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਲਾਕ ਸ਼ਬਦ ਹੀ ਨਹੀਂ ਕਿਧਰੇ ਮਿਲਿਆ। ਮੈਨੂੰ ਸਾਡੀ ਸਿੱਖ ਰਹਿਤ ਮਰਿਆਦਾ ਦੇ ਅੰਦਰ ਤਲਾਕ ਸ਼ਬਦ ਹੀ ਨਹੀਂ ਮਿਲਿਆ। ਪਰ ਅੱਜ ਹੋ ਰਹੇ ਨੇ, ਸਿੱਖ ਪਰਿਵਾਰਾਂ ਵਿੱਚ ਵੀ ਹੋ ਰਹੇ ਨੇ, ਤੁਹਾਨੂੰ ਵੀ ਪਤਾ। ਸਾਡੀ ਡਿਕਸ਼ਨਰੀ ਦਾ ਸ਼ਬਦ ਹੀ ਹੈ ਨਹੀਂ, ਇਹ ਸਾਡੇ ਵਿੱਚ ਕਿਵੇਂ ਆ ਗਿਆ? ਫਿਰ ਲੋੜ ਕੀ ਹੈ? ਲੋੜ ਹੈ ਅੱਜ ਇਹਨਾਂ ਮੁੱਦਿਆਂ ਦੇ ਉੱਪਰ ਬੋਲਣ ਦੀ, ਬੱਚੀਆਂ ਨੂੰ ਸੇਧ ਦੇਣ ਦੀ, ਬੱਚੀਆਂ ਨੂੰ ਸੇਧ ਦੇਣ ਦੀ ਵੀ ਬੇਟਾ
ਪਤੀ ਪਤਨੀ ਦਾ ਮਿਲਣ, ਨਰ ਤੇ ਮਾਦਾ ਦਾ ਮਿਲਣ, ਇਹਨੂੰ ਧਾਰਮਿਕ ਤੌਰ ਤੇ ਕਾਨੂੰਨੀ ਤੌਰ ਤੇ ਜਿਹੜੀ ਪਰਮਿਸ਼ਨ ਮਿਲਦੀ ਹੈ ਉਹਨੂੰ ਸਮਾਜ ਦੇ ਵਿੱਚ ਕਿਤੇ ਵਿਆਹ, ਕਿਤੇ ਨਿਕਾਹ, ਕਿਤੇ ਮੈਰਿਜ, ਕਿਤੇ ਅਨੇਕ ਨਾਵਾਂ ਦੇ ਨਾਲ ਚੇਤੇ ਕੀਤਾ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਕਸ਼ੀ ਮੰਨਿਆ ਹੁੰਦਾ ਹੈ, ਫਿਰ ਇੱਕ ਦੂਸਰੇ ਨੂੰ ਧੋਖਾ ਦੇਣ ਦੀ ਗੁੰਜਾਇਸ਼ ਨਹੀਂ ਆਉਣੀ ਚਾਹੀਦੀ। ਇਹ ਆਪਸ ਦੇ ਵਿੱਚ ਰਲ ਕੇ ਚੱਲਣ ਵਾਲਾ ਰਿਸ਼ਤਾ ਹੈ। ਤੇ ਜੇ ਦਾਤੇ ਨੇ ਤੁਹਾਡੇ ਸੰਬੰਧ ਬੜੇ ਮਜ਼ਬੂਤ ਕਰ ਦਿੱਤੇ ਨੇ ਤੇ ਸ਼ੁਕਰ ਮਨਾਇਆ ਜੇ ਆਪਣੇ ਮਾਲਕ ਦਾ, ਆਪੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਵਿਸ਼ੇ ਨੂੰ ਸੰਕੋਚਣ ਲੱਗਾ ਨਾ। ਮੈਨੂੰ ਇੱਕ ਸੱਜਣ ਮਿਲੇ, ਮੈਨੂੰ ਕਹਿੰਦੇ ਰਾਏਪੁਰ ਦੀ ਘਟਨਾ, ਪਿਛਲੇ ਸਾਲ ਮੈਂ ਉੱਥੇ ਸਾਂ, ਜਪਜੀ ਸਾਹਿਬ ਦੀ ਵਿਆਖਿਆ ਕਰਨੀ ਸੀ। ਮੈਨੂੰ ਕਹਿੰਦੇ ਜੀ ਤੁਸੀਂ ਕਿੱਥੇ ਟਿਕੇ ਹੋ? ਮੈਂ ਦੱਸਿਆ ਮੈਂ ਫਲਾਣੀ ਜਗ੍ਹਾ ਟਿਕਿਆ ਵਾਂ। ਕਹਿੰਦਾ ਜੀ ਅਗਲੀ ਵਾਰੀ ਜਦੋਂ ਆਏ ਤੁਸੀਂ ਮੇਰੇ ਘਰ ਟਿਕਿਆ ਜੇ, ਦਾਤੇ ਨੇ ਮੈਨੂੰ ਨਾ ਬਹੁਤ ਵੱਡਾ ਘਰ ਬਖਸ਼ਿਆ। ਦੇਖੋ ਮੈਂ ਆਪਣੀ ਆਦਤ ਤੋਂ ਮਜਬੂਰ ਹਾਂ, ਨਾ ਮੇਰੇ ਪ੍ਰਬੰਧਕਾਂ ਦਾ ਗੁੱਡਾ ਵੱਜਦਾ ਜੇ, ਜਿਸ ਕਿਸੇ ਘਰ ਦੇ ਵਿੱਚ ਰਹਿੰਦਾ ਨਾ ਉਹਨਾਂ ਦਾ ਗੁੱਡਾ ਵੱਜਦਾ ਜੇ, ਨਾ ਕਿਸੇ ਬਾਬੇ ਦਾ ਗੁੱਡਾ ਵੱਜਦਾ। ਮੈਂ ਤੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਵਾਲਾ ਮਾਂ ਵੀ ਬੜਾ ਸ਼ਾਇਦ ਕਥਾ ਵੱਜ ਖੁਸ਼ ਹੋਵੇਗਾ। ਦੇਖੋ ਇਸੇ ਕਰਕੇ ਤੇ ਸਾਨੂੰ ਰੱਖਦੇ ਘਟਨੇ ਘਰਾਂ ਦੇ ਵਿੱਚ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਧੀ ਜੀ ਬੇਨਤੀ ਹੈ ਜੀ, ਕਿਉਂਕਿ ਜੇ ਕੋਈ ਊਣ ਪਾਈ ਹੈ ਤੇ ਆਖਣ ਵਾਲੀ ਗੱਲ ਅਸੀਂ ਕਹਿ ਦੇਣੀ ਹੈ। ਮੈਨੂੰ ਕਹਿੰਦੇ ਜਦੋਂ ਅਗਲੀ ਵਾਰੀ ਆਏ ਨਾ ਤੇ ਮੇਰੇ ਘਰ ਦੇ ਵਿੱਚ ਠਹਿਰਿਆ ਜੇ, ਦਾਦੇ ਨੇ ਮੈਨੂੰ ਬਹੁਤ ਵੱਡਾ ਘਰ ਬਖਸ਼ਿਆ ਤੇ ਮੇਰੇ ਘਰ ਦੇ ਵਿੱਚ 17 ਕਮਰੇ ਨੇ। ਮੈਂ ਕਿਹਾ ਸਰਦਾਰ ਜੀ ਗੱਲਾਂ ਨਾ ਕਰੋ ਤੇ ਇੱਕ ਬੇਨਤੀ ਕਰਾਂ। ਕਹਿੰਦੇ ਕਰੋ। ਮੈਂ ਕਿਹਾ ਘਰ ਨਾ ਵੱਡਾ ਹੁੰਦਾ ਤੇ ਨਾ ਛੋਟਾ ਹੁੰਦਾ, ਤੁਸੀਂ ਵੀ ਸੁਣ ਲਵੋ। ਘਰ ਦਾ ਸੰਬੰਧ ਕਮਰਿਆਂ ਨਾਲ ਨਹੀਂ ਹੁੰਦਾ, ਘਰ ਦਾ ਸੰਬੰਧ ਕਮਰਿਆਂ ਨਾਲ ਨਹੀਂ ਹੁੰਦਾ ਵੀ ਤੁਹਾਡਾ ਇੱਕ ਕਮਰਾ ਕਿ ਤੁਹਾਡੇ 18 ਕਮਰੇ ਨੇ। ਘਰ ਦਾ ਸੰਬੰਧ ਵੱਡੇ ਛੋਟੇ ਨਾਲ ਨਹੀਂ ਹੁੰਦਾ। ਘਰ ਕਿਹਨੂੰ ਕਹਿੰਦੇ ਨੇ? ਲੋਕ ਕਹਿੰਦੇ ਮੇਰਾ ਘਰ ਬੜਾ ਮਜ਼ਬੂਤ ਹੈ, ਮੈਂ ਬਹੁਤ ਵਧੀਆ ਸੀਮਟ ਰੇਤਾ ਬਜਰੀ। ਮੈਂ ਕਿਹਾ ਘਰ ਮਜ਼ਬੂਤ ਸੀਮਟ ਰੇਤਾ ਤੇ ਬਜਰੀ ਨਾਲ ਨਹੀਂ, ਘਰ ਮਜ਼ਬੂਤ ਤੁਹਾਡੇ ਆਪਸੀ ਪ੍ਰੇਮ ਦੇ ਨਾਲ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਦੇਖੋ ਕਈ ਵਾਰੀ ਪਰਿਵਾਰਕ ਰਿਲੇਸ਼ਨ ਕਿਸੇ ਦੇ ਵਿਗੜ ਜਾਣ ਤੇ ਬੰਦਾ ਕੀ ਕਹਿੰਦਾ? ਕਹਿੰਦਾ ਮੇਰਾ ਘਰ ਉੱਜੜ ਗਿਆ, ਮੇਰਾ ਘਰ ਬਰਬਾਦ ਹੋ ਗਿਆ। ਤੇ ਹੁਣ ਮੈਂ ਕਹਾਂ ਕੀ ਛੱਤਾਂ ਡਿੱਗ ਪਈਆਂ ਨੇ? ਉਹ ਕਹੂਗਾ ਤੇਰੀ ਮੱਤ ਮਾਰੀ ਗਈ, ਗੱਲ ਨੂੰ ਫੋਲੋ ਕਿਉਂ ਨਹੀਂ ਕਰਦਾ, ਆਖੂਗਾ ਨਾ ਮੈਨੂੰ। ਉਹ ਕਹਿੰਦਾ ਮੇਰਾ ਘਰ ਉੱਜੜ ਗਿਆ, ਮੇਰਾ ਘਰ ਬਰਬਾਦ ਹੋ ਗਿਆ। ਫਿਰ ਘਰ ਉਹ ਕਿਹਨੂੰ ਕਹਿ ਰਿਹਾ? ਉਹ ਪੁੱਛੋ ਵੀ ਘਰ ਕਿਹਨੂੰ ਕਹਿ ਰਿਹਾ? ਉਹ ਆਪਸੀ ਰਿਸ਼ਤਿਆਂ ਨੂੰ ਕਹਿ ਰਿਹਾ। ਪਿਆਰੇ ਉਹ ਘਰ ਦਾ ਸੰਬੰਧ ਕਮਰਿਆਂ ਨਾਲ ਨਹੀਂ ਹੈ, ਘਰ ਦਾ ਸੰਬੰਧ ਤੇ ਸਕੂਨ ਨਾਲ ਹੈ, ਜਿੱਥੇ ਇੱਕ ਕਦਮ ਤੁਸੀਂ ਆਉਂਦਿਆਂ ਰੱਖੋ ਤੇ ਤੁਹਾਡਾ ਥਕੇਵਾਂ ਲੈ ਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਇੱਕ ਘੰਟਾ ਨੀਂਦ ਲਵੋ ਤੇ ਤੁਹਾਨੂੰ ਇੰਜ ਲੱਗੇ ਜਿਵੇਂ 10 ਘੰਟੇ ਪੈ ਲਿਆ, ਘਰ ਉਹਨੂੰ ਕਹਿੰਦੇ ਨੇ। ਸੁਣਿਆ ਜੇ, ਘਰ ਉਹਨੂੰ ਕਹਿੰਦੇ ਨੇ ਜਿੱਥੇ ਤੁਹਾਡੀ ਗੈਰ ਮੌਜੂਦਗੀ ਰੜਕਦੀ ਰਹੇ, ਪਤਨੀ ਕਹੇ ਕਦੋਂ ਆ ਰਹੇ ਨੇ, ਬੱਚੇ ਕਹਿਣ ਪਾਪਾ ਕਿੱਥੇ ਨੇ ਅੱਜ, ਉਹਨੂੰ ਘਰ ਕਹਿੰਦੇ ਨੇ। ਗੱਲਾਂ ਨਾ ਮੇਰੀ ਗੱਲ ਦਾ ਕਰਿਆ ਜੇ, ਸੁਣ ਲਿਆ ਜੇ ਇੱਕ ਵਾਰੀ। ਲੋਕੀ ਕਹਿੰਦੇ ਘਰ ਬਹੁਤ ਵੱਡੀ ਕੋਠੀ ਹੋਵੇ, ਉੱਚੇ ਉੱਚੇ ਮਹਿਲ, ਮੈਂ ਨਹੀਂ, ਜਿੱਥੇ ਤੁਹਾਡੀ ਉਡੀਕ ਨਾ ਹੋਵੇ ਉਹ ਕਾਹਦਾ ਘਰ ਹੈ ਤੁਹਾਡਾ, ਇੰਤਜ਼ਾਰ ਨਹੀਂ ਤੁਹਾਡਾ ਕਾਹਦਾ ਘਰ ਹੈ ਤੁਹਾਡਾ। ਘਰ ਤੇ ਉਹ ਹੈ ਜਿੱਥੇ ਤੁਹਾਡਾ ਚਿਹਰਾ ਪੜਿਆ ਜਾਵੇ ਵੀ ਖਾਂਜੀ ਸਰਦਾਰ ਜੀ ਗੱਲ ਕੀ ਅੱਜ, ਤੁਹਾਡਾ ਚਿਹਰਾ ਦੱਸਦਾ ਪਿਆ ਤੁਸੀਂ ਨਮੋਸ਼, ਉਹਨੂੰ ਘਰ ਕਹਿੰਦੇ ਨੇ। ਘਰ ਦਾ ਸੰਬੰਧ ਕਮਰਿਆਂ ਨਾਲ ਨਹੀਂ ਹੈ, ਘਰ ਦਾ ਸੰਬੰਧ ਇੱਟਾਂ ਨਾਲ ਨਹੀਂ ਹੈ, ਘਰ ਦਾ ਸੰਬੰਧ ਤੁਹਾਡੇ ਪਰਸਪਰ ਪ੍ਰੇਮ ਦੇ ਨਾਲ ਹੈ। ਤੇ ਮੈਂ ਆਸ ਕਰਾਂਗਾ ਕਿ ਜਿਸ ਕਿਸੇ ਦਾ ਘਰ ਮਜ਼ਬੂਤ ਹੈ ਨਾ, ਉਹ ਵੀ ਮਾਲਕ ਦਾ ਸ਼ੁਕਰ ਕਰੇ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਤੀ ਪਤਨੀ ਦੇ ਸੰਬੰਧ ਬੜੇ ਮਜ਼ਬੂਤ ਨੇ ਨਾ, ਸ਼ੁਕਰ ਮਨਾਇਆ ਜੀ ਮੇਰੇ ਮਾਲਕ ਦਾ। ਕਦਮ ਕਦਮ ਤੇ ਸ਼ੁਕਰ ਕਰਨਾ, ਕਦਮ ਕਦਮ ਤੇ ਕੋਠੀਆਂ ਤੇ ਕਾਰਾਂ ਨਾਲ ਇਕੱਲਾ ਸ਼ੁਕਰ ਨਹੀਂ ਕਰਨਾ। ਜੇ ਨੌਜਵਾਨ ਗੁੱਸਾ ਨਾ ਕਰਨ ਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿ ਦਿਆਂ, ਇਹ ਨਹੀਂ ਵੀ ਕੇਸ ਜਿੱਤ ਗਏ ਤੇ ਸ਼ੁਕਰਾਨਾ, ਆਪਾਂ ਗਾਂਹ ਵੀ ਸ਼ੁਕਰਾਨਾ ਕਰਦੇ ਰਹਿਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਵੀਰ ਨੇ ਦੱਸਣਾ, ਮੇਰਾ ਫਰਜ਼ ਹੈ, ਕਿਤੇ ਇਹ ਨਾ ਹੋਵੇ ਆਖਣ ਵੀ ਸਾਡੇ 'ਤੇ ਟਾਂਚ ਮਰ ਗਿਆ, ਇਹ ਵੀ ਬੰਦਾ ਫਿੱਟ ਨਹੀਂ ਬਹਿਣਾ। ਮੈਂ ਇਹ ਨਾ ਕੰਮ ਕਰਿਆ ਜੇ, ਸੁਣ ਲੈਣਾ, ਕਿਉਂਕਿ ਮੈਂ ਤਾਂ ਦੱਸਿਆ ਆਦਤ ਤੋਂ ਮਜਬੂਰ ਹਾਂ। ਜੇ ਕਿਸੇ ਮਰਗ ਦੇ ਭੋਗ 'ਤੇ ਵੀ ਕਥਾ ਕਰਦਾ ਤਾਂ ਮੈਂ ਉੱਥੇ ਵੀ ਸ਼ੁਰੂਆਤ ਵਿੱਚ ਕਥਾ ਕਰਦਾ ਕਰਦਾ ਅਖੀਰ 'ਤੇ ਇੱਕ ਗੱਲ ਕਹੀ ਜਾਂਦਾ ਹੁੰਦਾ ਵਾਂ, ਉਸ ਆਦਤ ਤੋਂ ਮਜਬੂਰ ਹਾਂ ਮੈਂ, ਉਹ ਮੈਂ ਕਹਿ ਜਾਂਦਾ ਹੁੰਦਾ ਵਾਂ। ਨੇਤਾ ਵੀ ਆਏ ਹੁੰਦੇ ਨੇ, ਲੀਡਰ ਵੀ ਆਏ ਹੁੰਦੇ ਨੇ। ਮੈਂ ਕਿਹਾ ਜੀ ਦੇਖੋ ਕਮਾਲ ਦੀ ਗੱਲ ਹੈ, ਕੋਈ ਵੀ ਨੇਤਾ ਕਹੇ ਜਦੋਂ ਭੋਗ ਦੇ ਉੱਪਰ ਉਹਦੀ ਚਿੱਠੀ ਆਉਂਦੀ ਹੈ ਨਾ, ਤੇ ਵੱਖਰੀਆਂ ਚਿੱਠੀਆਂ ਨਹੀਂ ਹੁੰਦੀਆਂ, ਬੰਦਾ ਸ਼ਰਾਬ ਪੀ ਕੇ ਮਰ ਜੇ ਉੱਥੇ ਵੀ ਉਹੀ ਚਿੱਠੀ ਆਉਂਦੀ ਹੈ, ਅੱਖਰ ਇੱਕੋ ਹੀ ਹੁੰਦੇ ਨੇ, ਮੈਂ ਪੜ੍ਹੇ ਨੇ। ਕੋ ਬੰਦਾ ਨਿਤਨੇਮ ਕਰਦਾ ਚੜ੍ਹਾਈ ਕਰਦੇ, ਚਿੱਠੀ ਉੱਥੇ ਵੀ ਉਹੀ ਆਉਂਦੀ ਹੈ, ਤੇ ਉੱਥੇ ਉਹੀ 4 ਅੱਖਰ ਹੁੰਦੇ ਨੇ। ਹੁਣ ਤੇ ਮੈਨੂੰ ਚੇਤੇ ਹੋ ਗਏ ਬੋਲ ਬੋਲ ਕੇ ਵੀ ਇਸ ਪ੍ਰਾਣੀ ਦੇ ਜਾਣ ਨਾਲ ਜਿੱਥੇ ਸਮਾਜ ਨੂੰ ਘਾਟਾ ਪਿਆ, ਜਿੱਥੇ ਪਰਿਵਾਰ ਨੂੰ ਘਾਟਾ ਪਿਆ, ਉੱਥੇ ਸਾਡੀ ਪਾਰਟੀ ਨੂੰ ਵੀ ਘਾਟਾ ਪਿਆ, ਸਾਨੂੰ ਬਹੁਤ ਵੱਡਾ ਘਾਟਾ ਪਿਆ। ਉਹ ਭਾਵੇਂ ਸ਼ਰਾਬ ਪੀ ਕੇ ਮਰਿਆ ਹੋਵੇ, ਉਹ ਭਾਵੇਂ ਨਿਤਨੇਮ ਕਰਦਾ, ਚਿੱਠੀ ਇੱਕੋ ਹੀ ਆਉਂਦੀ ਹੈ।
ਤੇ ਮੈਂ ਕਹਿੰਦਾ ਹੁਣ ਕੋਈ ਤੁੱਕ ਨਹੀਂ ਬਣਦੀ ਸ਼ਰਧਾਂਜਲੀਆਂ ਦੀ, ਉੱਥੇ ਗੁੱਸਾ ਲੱਗਣ ਲੱਗ ਪੈਂਦਾ। ਦੇਖੋ ਕਹਿਣਾ ਸਾਡਾ ਫਰਜ਼ ਹੈ, ਜੇ ਪ੍ਰਚਾਰਕ ਨਹੀਂ ਆਖੇਗਾ ਤਾਂ ਕੌਣ ਆਖੇਗਾ? ਡਿਊਟੀ ਹੈ ਨਾ ਆਪੋ ਆਪਣੀ ਪਰਮਾਤਮਾ ਨੇ ਲਗਾਈ ਹੈ। ਇਸ ਕਰਕੇ ਮੈਂ ਦੋਵੇਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਾਂਗਾ, ਸ਼ੁਕਰਾਨਾ ਕਦੀ ਐਸਾ, ਹਾਂ ਸੋਹਣੀ ਗੱਲ ਹੈ ਕਿ ਮੈਂ ਸ਼ੁਕਰਾਨਾ ਕੀਤਾ, ਪਰ ਇਹਦਾ ਇਹ ਨਹੀਂ ਅਰਥ ਵੀ ਸ਼ੁਕਰਾਨਾ ਕਰ ਲਿਆ। ਸ਼ੁਕਰਾਨਾ ਕਦਮ ਕਦਮ ਤੇ ਅੱਗੇ ਕਰਨਾ। ਪਰਮਾਤਮਾ ਤੂੰ ਮੈਨੂੰ ਸਮਾਜ ਵਿੱਚ ਇੱਜ਼ਤ ਬਖਸ਼ੀ ਹੈ, ਤੇਰਾ ਸ਼ੁਕਰਾਨਾ, ਇਹ ਵੀ ਸ਼ੁਕਰਾਨਾ। ਪਰਮਾਤਮਾ ਤੁਸੀਂ ਮੈਨੂੰ ਤਰੱਕੀ ਦਿੱਤੀ ਹੈ, ਤੇਰਾ ਸ਼ੁਕਰਾਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਦਮ ਕਦਮ ਦੇ ਉੱਪਰ ਸ਼ੁਕਰਾਨਾ। ਐਸੀ ਜ਼ਿੰਦਗੀ ਬਣ ਜਾਵੇ ਸ਼ੁਕਰ ਸ਼ੁਕਰ ਕਰਦਿਆਂ ਕਿ ਜ਼ਿੰਦਗੀ ਦੀ ਰਾਤ ਲੰਘ ਜਾਵੇ। ਇਹਨਾਂ ਕੁਝ ਕਹਿੰਦਾ ਹੋਇਆ ਸਰਬੱਤ ਸੰਗਤ ਦੇ ਕੋਲੋਂ ਖਿਮਾ ਦਾ ਜਾਚਕਾਂ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਉੱਥੇ ਵਿਸ਼ੇ ਨੂੰ ਵਾਪਸ ਲੈ ਕੇ ਆਜਮਾ। ਦਸ ਵਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਨ ਵਿਕੋਟ ਗਵਾਵੈ। ਏਕ ਭੀ ਨਾ ਦੇ ਦਸ ਭੀ ਹਿਰ ਲੇ, ਤਾਉ ਮੂੜਾ ਕਹੋ ਕਹਾ ਕਰੇ। ਜੇ ਪਰਮਾਤਮਾ ਤੈਨੂੰ ਦਸ ਵੀ ਜਿਹੜੀਆਂ ਦਿੱਤੀਆਂ ਨੇ ਲੈ ਲਵੇ ਤੇ ਇੱਕ ਜਿਹੜੀ ਤੂੰ ਮੰਗੀ ਉਹ ਵੀ ਨਾ ਦੇਵੇ, ਤੇ ਫਿਰ ਤੂੰ ਪਰਮਾਤਮਾ ਦਾ ਕੀ ਕਰ ਲਏਗਾ? ਕਿ ਮੈਂ ਤਾਂ ਕੁਛ ਨਹੀਂ ਕਰ ਸਕਦਾ, ਹੱਥ ਹੀ ਜੋੜਾਂਗਾ। ਸਾਹਿਬ ਜੀ ਕਹਿੰਦੇ ਪਹਿਲਾਂ ਹੀ ਜੋੜ ਦੇ, ਫਿਰ ਪਹਿਲੇ ਜੋੜੇ ਚੰਗੇ ਆ ਵੀ ਪਰਮਾਤਮਾ ਜੋ ਤੂੰ ਕਰਦਾ ਤੂੰ ਵਧੀਆ ਕਰਦਾ। ਜ਼ਿੰਦਗੀ ਸਾਰੀ ਸਾਡੀ ਸ਼ੁਕਰ ਸ਼ੁਕਰ ਦੇ ਵਿੱਚ ਲੰਘੇ, ਐਸਾ ਆਪਣਾ ਜੀਵਨ ਬਣਾ ਲਈਏ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦੀ ਆ, ਇਹਨਾਂ ਨੌਜਵਾਨ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਆ, ਕੋਟ ਕੋਟ ਧੰਨਵਾਦੀ ਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਗੋਦੀ ਵਿੱਚ ਬਿਠਾ ਕੇ ਵਿਚਾਰਾਂ ਦੇ ਯੋਗ ਬਣਾਇਆ। ਪਿਛਲੇ ਦਿਨਾਂ ਵਿੱਚ ਵੀ ਮੇਰੇ ਖਿਆਲ ਸਰਦਾਰ ਊਧਮ ਸਿੰਘ ਜੀ ਹਰਾਂ ਦੇ ਫੋਨ ਆਏ ਸਨ, ਇੱਕ ਵਾਰੀ ਨਹੀਂ ਤਿੰਨ ਚਾਰ ਵਾਰੀ ਹੋਈ ਮੇਰੇ ਨਾਲ ਗੱਲ ਹੋਈ ਹੈ, ਪਰ ਪਤਾ ਨਹੀਂ ਕੀ ਕਾਰਨ ਹੈ, ਜਿਹੜਾ ਟਾਈਮ ਇਹਨਾਂ ਨੇ ਮੰਗਿਆ ਉਹ ਟਾਈਮ ਕਿਤੇ ਅੱਗੇ ਬੁੱਕ ਹੁੰਦਾ ਰਿਹਾ ਤੇ ਟਾਈਮ ਸਬੱਬ ਬਣਿਆ ਨਹੀਂ। ਸਤਿਗੁਰੂ ਨੇ ਸਬੱਬ ਜਦੋਂ ਬਣਾਉਣਾ ਹੁੰਦਾ ਇਹ ਉਦੋਂ ਹੀ ਬਣਦਾ। ਆਪ ਜੀ ਦੇ ਦਰਸ਼ਨ ਕੀਤੇ ਨੇ, ਸਤਿਗੁਰੂ ਦੀ ਵਿਚਾਰ ਕੀਤੀ ਹੈ, ਭੁਰ ਚੁੱਕ ਦੀ ਖਿਮਾ ਜੀ, ਨਦੀ ਨਾਭ ਸੰਜੋਗੀ ਮੇਲੇ, ਆਓ ਗੁਰੂ ਘਰ ਦੇ ਢਾਡੀ ਸਿੰਘਾਂ ਦੀ ਰਸਨਾ ਤੋਂ ਢਾਡੀ ਵਾਰਾਂ ਤੇ ਗੁਰੂ ਦਾ ਸ਼ਰਵਣ ਕਰੀਏ। ਕੋਈ ਵੀ ਰਸਨਾ ਵਾਂਗੀ ਨਾ ਰਵੇ ਜੀ, ਇੱਕ ਮਨ ਇੱਕ ਚਿੱਤ ਹੋ ਕੇ ਸਾਰੀ ਸੰਗਤ ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਕ